ਪੌੜੀਆਂ ਚੜ੍ਹ ਕੇ ਵੀ ਥੱਕ ਜਾਈਦਾ। ਜ਼ਿੰਦਗੀ ਮੇਰੀ ਜਾਨ, ਆ ਜਾ, ਕਿੱਥੇ ਰਹਿ ਗਈ ਹੈ? ਉਫ, ਥੱਕ ਜਾਂਦਾ ਬੰਦਾ। ਜ਼ਿੰਦਗੀ ਕਾਕਾ, ਉਹ ਕੌਣ ਆ ਤੂੰ? ਵੇ ਮਰਨੇ ਆ ਐਸ ਉਮਰੇ, ਮੇਰਾ ਵੀ ਤਰਾਹ ਕੱਢ ਦਿੱਤਾ ਸੀ। ਉਹ ਤੇਰਾ ਮੈਂ ਤਰਾਹ ਕਿੱਥੋਂ ਕੱਢਣਾ, ਮੇਰਾ ਆਪਣਾ ਨਿਕਲ ਗਿਆ। ਇੱਕ ਤਰਾਹ ਸੀ ਉਹ ਵੀ ਕਢਾ ਕਰਾ ਦਿੱਤਾ। ਉਹ ਮਾਸੀ ਤੂੰ ਕੌਣ ਆ ਤੇ ਮੇਰੇ ਘਰ 'ਚ ਕੀ ਕਰਨ ਡਈ ਹੈ? ਵੇ ਤੂੰ ਕੌਣ ਹੈ? ਲੈ ਮੈਂ ਕੌਣ ਆ? ਮੈਂ ਬੰਦਾ ਵਾ, ਅੱਲਾ ਦਾ ਹੋਏਗਾ। ਉਹ ਤੇ ਅੱਲਾ ਦਾ ਹੀ ਆ, ਉਹ ਮੇਰਾ ਘਰ ਆ, ਮੈਂ ਮਾਲਕ ਆ। ਮਾਲਕ ਅੱਲਾ ਦੀ ਜ਼ਾਤ ਹੈ, ਤੂੰ ਕੌਣ ਹੈ? ਮੈਂ ਉਹ ਮੈਂ ਇਸ ਘਰ ਦਾ ਮਾਲਕ ਆ। ਮੇਰੀ ਹਨੀ ਕਿੱਥੇ ਆ? ਕੌਣ ਹਨੀ? ਉਹ ਕੀ ਹੁੰਦੀ? ਲੈ ਉਹ ਹਨੀ, ਮੇਰੀ ਬੀਵੀ ਹਨੀ ਕਿੱਥੇ ਆ? ਉਹ ਫ੍ਰਿਜ ਚੋਂ ਨਹੀਂ, ਉਹ ਵੱਢ ਕੇ ਵਿੱਚ ਲਾਤੀ ਉਹ। ਨਹੀਂ ਦੇ, ਹਾਂ ਉਹ ਫ੍ਰਿਜ ਦੇ ਦਰਵਾਜ਼ੇ 'ਚ ਪਈ। ਉਹ ਨਾਮ ਨਾ, ਓਏ ਉਹ ਹਨੀ ਨਹੀਂ, ਉਹ ਸ਼ਾਇਦ ਉਹ ਮੇਰੀ ਬੇਬੀ ਪਤਾ ਨਹੀਂ। ਹਨੀ ਇੱਥੇ ਵੀ ਨਹੀਂ, ਬਾਥਰੂਮ 'ਚ ਹੋਣੀ। ਐ ਲੈ ਬਾਥਰੂਮ ਵੀ ਖਾਲੀ ਪਿਆ ਬੇੜਾ ਤਾਂ। ਹਨੀ ਮਾਸੀ ਤੂੰ ਕੌਣ? ਇੱਧਰ ਵੀ ਨਹੀਂ। ਅੱਛਾ ਛੱਤ 'ਤੇ ਕੱਪੜੇ ਪਾਉਣ ਗਈ ਹੋਣੀ। ਇਹ ਤਾਂ ਕੁੰਡੀ ਲੱਗੀ, ਇਹ ਦਰਵਾਜ਼ਾ ਵੀ ਬੰਦ ਹੈ। ਇਹ ਕਿੱਥੇ ਆ ਹਨੀ? ਹਾਂ ਮੈਨੂੰ ਪਤਾ, ਲੁਕਣ ਮਿੱਟੀ ਅਕਸਰ ਛੁੱਪ ਜਾਂਦੀ ਹੈ। ਚਾ ਚਾ ਕੱਪੜੇ ਹੀ ਨੇ, ਇੱਥੇ ਵੀ ਨਹੀਂ। ਗਈ ਕਿੱਥੇ ਆ? ਵੇ ਕਾਕਾ ਸੋਫੇ ਥੱਲੇ ਵੇਖ, ਇੱਧਰ ਤਾਂ ਬੜੀ ਹੋਵੇ। ਉਹ ਮੇਰੀ ਹਨੀ ਹੈ ਕਿ ਬਿੱਲੀ ਦਾ ਬੱਚਾ ਜਿਹੜਾ ਸੋਫੇ ਥੱਲੇ ਵੜ ਗਿਆ? ਹੈਂ ਦੱਸ ਨਾ ਮੈਨੂੰ। ਉਹ ਗਮਲੇ ਥੱਲੇ ਵੇਖ, ਉੱਧਰ ਤਾਂ ਨਹੀਂ? ਗਮਲੇ ਥੱਲੇ? ਉਹ ਮਾਸੀ ਮੈਨੂੰ ਸਹੀ ਸਹੀ ਦੱਸ, ਮੈਂ ਜਿਹੜੀ ਗੱਲ ਪੁੱਛਣ ਡਿਆ। ਹਨੀ ਕਿੱਥੇ ਆ ਤੂੰ? ਮੈਨੂੰ ਲੱਗਦਾ ਇਹਨੇ ਕੰਮ, ਇਹਨੇ ਕੰਮ ਵਾਲੀ ਰੱਖੀ ਹੈ ਤੇ ਮੈਨੂੰ ਦੱਸਿਆ ਵੀ ਨਹੀਂ। ਵੇ ਅੱਲਾ ਤੋਂ ਰਹਿ ਮੰਗ, ਵੇ ਮੈਂ ਤੈਨੂੰ ਕੰਮ ਵਾਲੀ ਲੱਗਣ ਡਈ ਹਾਂ। ਨਹੀਂ ਲੱਗ ਨਹੀਂ ਨਾ ਰਹੀ। ਪਤਾ ਵਾ ਕਿਹੜੇ ਖਾਨਦਾਨ ਚੋਂ ਆ? ਕਿਹੜੇ ਖਾਨਦਾਨ ਚੋਂ? ਕਟੱਪਾ ਦੇ ਖਾਨਦਾਨ ਚੋਂ ਆ ਮੈਂ। ਕਟੱਪਾ ਦੇ ਖਾਨਦਾਨੀ ਚੋਂ? ਛੋਟੀ ਮੋਟੀ ਫੈਮਿਲੀ ਨਹੀਂ ਮੇਰੀ? ਨਹੀਂ ਮੈਨੂੰ ਪਤਾ ਲੱਗ ਗਿਆ, ਕਟੱਪਾ ਮੇਰੇ ਨਾਨਕਿਆਂ ਦਾ ਪਿੰਡ ਹੈ ਨਾ, ਹੜੱਪਾ ਉਹਦੇ ਨਾਲ ਆ, ਪਤਾ ਲੱਗ ਗਿਆ। ਇੱਥੇ ਜ਼ਿੰਦਗੀ ਇਹਨੇ ਕੰਮ ਵਾਲੀ ਰੱਖੀ, ਮੈਨੂੰ ਪੁੱਛਦੀ ਤਾਂ ਸਹੀ, ਤੇ ਰੱਖਦੀ ਬੁੱਢੀ ਜਿਹੀ ਰਹੀ ਹੈ। ਉਹ ਕੰਮ ਵਾਲੀ ਤਾਂ ਰੱਖਦੀ? ਕੰਮ ਵਾਲੀ ਕੀ ਮਤਲਬ? ਉਹ ਮੇਰਾ ਮਤਲਬ ਕੋਈ ਸੋਹਣੀ ਜਿਹੀ ਰੱਖਦੀ, ਕੋਈ ਹੱਡ ਪੈਰ ਉਹਦੇ ਮਜ਼ਬੂਤ ਹੁੰਦੇ। ਹੁਣ ਤੂੰ ਆਪਣੇ ਆਪ ਨੂੰ ਰੇਹ ਨਾ, ਤੈਨੂੰ ਮੁਸ਼ਕਿਲ ਹੈ ਮਾਸੀ, ਤੂੰ ਕਿਵੇਂ ਘਰ ਦੇ ਕੰਮ ਕਰੇਂਗੀ? ਸੋਹਣੀ ਜਿਹੀ ਰੱਖਦੀ, ਕੋਈ ਤੁਰਦੀ ਫਿਰਦੀ ਚੰਗੀ ਲੱਗਦੀ, ਕੰਮ ਤੇਜ਼ੀ ਨਾ ਕਰਦੀ, ਕੋਈ ਚਾਹ ਦੁੱਧ ਪਾਣੀ ਪਿਆਉਂਦੀ, ਮਤਲਬ ਸਮਝਿਆ ਕਰ ਮਾਸੀ ਤੂੰ ਵੀ, ਤੈਨੂੰ ਕੀ ਪਤਾ ਗਈ ਕਿੱਥੇ ਆ? ਕਾਕਾ ਗਲਤ ਸਮਝ ਰਹੇ ਆ, ਮੈਂ ਕੰਮ ਵਾਲੀ ਨਹੀਂ। ਨਹੀਂ ਤੂੰ ਕੰਮ ਵਾਲੀ ਹੋ ਵੀ ਨਹੀਂ ਸਕਦੀ, ਇਹਦੇ ਨਾਲ ਤੇਰੀ ਰਿਸ਼ਤੇਦਾਰੀ ਮੇਰੇ ਘਰ 'ਚ ਮੇਰੀ ਬੀਵੀ ਨਹੀਂ, ਉਹ ਕਿਤੇ ਅਗਵਾ ਤਾਂ ਨਹੀਂ ਜੇ ਕਰਨੇ ਆ? ਵੇ ਉਹ ਤੇਰੀ ਭੂਆ ਨਹੀਂ ਸੀ ਬਲਕੀਸ? ਆਹੋ ਉਹਦੀ ਮੈਂ ਦੂਰ ਦੀ ਨੇੜੇ ਰਿਸ਼ਤੇਦਾਰ ਆ। ਦੂਰ ਦੀ ਨੇੜੇ ਦੀ ਤਾਂ ਨਜ਼ਰ ਖਰਾਬ ਹੋਵੇ ਤੇ ਐਨਕ ਹੁੰਦੀ ਹੈ, ਦੂਰ ਦੀ ਨੇੜੇ ਦੀ ਰਿਸ਼ਤੇਦਾਰ ਕਿਹੜੀ ਹੁੰਦੀ ਆ? ਦੂਰ ਦੀ ਹੁੰਦੀ ਆ ਨੇੜੇ ਦੀ? ਤੈਨੂੰ ਨਹੀਂ ਪਤਾ ਹੈਗਾ, ਜਦੋਂ ਮੈਂ ਤੈਨੂੰ ਵੇਖਿਆ ਸੀ ਤੂੰ ਐਡਾ ਕੁ ਜਿੰਨਾ ਸੀਗਾ, ਐਡਾ ਐਡਾ ਕਿ ਮੈਂ ਬਿੱਲੀ ਦਾ ਬੱਚਾ ਸੀ ਜਿਹੜਾ ਐਡਾ ਸੀ, ਥੋੜ੍ਹਾ ਵੱਡਾ ਕਰ ਲਾ ਨਾ। ਸੱਤ ਘਰ ਤੈਨੂੰ ਫੜਾਏ ਸੀ ਤੇਰੀ ਮਾਂ ਨੇ ਤੇ ਤੇਰੀਆਂ ਅੱਖਾਂ ਖੁੱਲੀਆਂ ਸੀ। ਜੀ ਮੇਰੀ ਅੰਮੀ ਦਾ ਨਾਮ ਮਿਆਉਂ ਸੀ ਹੈ, ਚੰਗੀ ਤਰ੍ਹਾਂ ਯਾਦ ਹੈ। ਉਹ ਮੇਰੀ ਅੰਮੀ ਦਾ ਉਂਝ ਮਾਣੋ ਪਿਆਰ ਨਾਲ ਕਹਿੰਦੇ ਹਨ, ਮਾਣੋ ਕਹਿੰਦੇ ਸੀ ਮੇਰੀ ਮਾਂ ਨੂੰ, ਤੂੰ ਬਿੱਲੀ ਬਣਾ ਦਿੱਤੀ ਮੇਰੀ ਮਾਂ ਨੂੰ। ਵੇ ਕਾਕਾ ਮੈਂ ਤੈਨੂੰ ਜਾਣਦੀ ਨਹੀਂ ਕਿ ਜਿੰਨੇ ਨੂੰ ਦੇਖਿਆ ਸੀ। ਅੱਛਾ ਹੁਣ ਤਾਂ ਵੱਡਾ ਹੋ ਗਿਆ। ਜਦੋਂ ਸਕੂਲ ਪੜ੍ਹਦਾ ਸੈਂ? ਆਹੋ ਉਹ ਯਾਦ ਹੀ ਨਾਲ ਵਾਲੀ ਪ੍ਰਵੀਨ, ਉਹ ਹਵੇਲੀ ਵਾਲੀ। ਆਹੋ ਜਾਣਨਾ ਉਹਨੂੰ ਕੀ ਤਲਕ ਕੀ ਤਲਕ ਛੱਡ ਦੇ ਮਾਸੀ, ਕੀ ਪੁਰਾਣੀਆਂ ਯਾਦਾਂ ਹੁਣ ਮੈਨੂੰ ਦੱਸ ਦੇ। ਉਹ ਛੱਡ ਮਾਸੀ, ਮਾਸੀ ਬਸ ਉੱਥੇ ਨਾ ਉਹਦੇ ਨਾਲ ਆਪਾਂ ਨੂੰ ਬਸ ਪਿਆਰ ਮੁਹੱਬਤ ਸੀਗਾ। ਅੱਛਾ ਉਹ ਜਵਾਨੀ ਦੀ ਗੱਲ ਸੀ, ਹੁਣ ਤਾਂ ਵਿਆਹੇ ਬਾਰੇ ਹੋ ਗਏ ਆ, ਲੇਕਿਨ ਉਹ ਬੜੀ ਸੋਹਣੀ ਸੀ ਮਾਸੀ ਹੋਇਆ ਹੋਇਆ। ਅੱਛਾ ਮਾਸੀ ਹੁਣ ਮੈਂ ਜਦੋਂ ਪਹਿਲੀ ਵਾਰੀ ਵੇਖਿਆ ਨਾ ਤਾਂ ਮੈਨੂੰ ਲੱਗਾ ਵਾ ਕਿ ਖੁੱਲੀਆਂ ਫਸਾਵਾਂ ਵੀ ਐ ਹੀ ਨੇ ਅਤੇ ਰੌਣਕਾਂ ਵੀ ਐ ਹੀ ਨੇ ਅਤੇ ਬਹਾਰ ਦੇ ਵਿੱਚ ਐਂ ਕਰਕੇ ਸਰਸੋਂ ਖਿਲਦੀ ਹੈ ਤਾਂ ਮੈਨੂੰ ਲੱਗਦਾ ਸੀ ਸਰਸੋਂ ਖਿਲਦਾ ਹੀ ਹੈ। ਹਾਨੀ ਆ ਗਈ, ਹਾਏ ਕਿੱਥੇ ਆ ਮਾਸੀ? ਮੈਂ ਵੇਖਿਆ ਛੱਡ ਹਨੀ ਗਈ ਹੋਣੀ, ਬਾਜ਼ਾਰ ਗਈ ਹੋਣੀ, ਤੇਰੀ ਬੁੱਢੀ ਬੜੀ ਚੰਗੀ।
ਉਹ ਤੇ ਮਾਸੀ ਮੈਨੂੰ ਪੁੱਛ ਜਿਹਦੇ ਨਾਲ ਬੀਤਣ ਡਈ ਆ, ਐਵੇਂ ਤੂੰ ਮਾਰੀ ਜਾਂਦੀ ਚੰਗੀ ਸੀ ਚੰਗੀ ਹੈ, ਬਸ ਸਮਝ ਲੈ ਕੇ ਕੌੜਾ ਘੁੱਟ ਕੀਤਾ ਮੈਂ ਆਪਣੀ ਜ਼ਿੰਦਗੀ ਦਾ, ਮੈਂ ਹੀ ਬਸ ਰੱਖਿਆ ਕਿ ਚੱਲ ਕੋਈ ਗੱਲ ਨਹੀਂ, ਖੈਰ ਆ ਲੋਕਾਂ ਨੂੰ ਦੱਸੋਗੇ ਮੈਂ ਖੁਸ਼ ਹਾਂ। ਬੜੀ ਸਾਡਾ ਨਾ ਆਮ ਆ ਕੰਮ ਚੋਰ ਆ ਇੱਕ ਨੰਬਰ ਦੀ ਕਸਮ ਹੈ, ਨਾ ਟਾਈਮ ਨਾਲ ਰੋਟੀ, ਨਾ ਟਾਈਮ ਨਾਲ ਚਾਹ, ਨਾ ਪਾਣੀ, ਨਾ ਕੱਪੜਾ ਇਸਤਰੀ, ਨਾ ਜੁੱਤੀ ਪਾਲਿਸ਼, ਕੱਖ ਵੀ ਨਹੀਂ, ਤੂੰ ਛੱਡ ਦੇ ਉਸ ਗੱਲ ਨੂੰ। ਅੱਛਾ ਅੱਛਾ ਤੇ ਤੂੰ ਕਦੋਂ ਮਿਲੀ ਉਹਨੂੰ ਮਾਸੀ? ਮੈਂ ਤੇ ਪਿਛਲੇ ਦਿਨਾਂ ਚ ਮਿਲ ਕੇ ਆਈ ਆ, ਸਲਾਮ ਦੁਆ ਦੇਣ ਡਈ ਸੀ। ਦੱਸਿਆ ਮੈਂ ਚੱਲੀ ਦੱਸ ਕੇ ਆਈ ਆ। ਅੱਛਾ ਤੇ ਉਹ ਜਿਹੜੀ ਸਕੂਲ ਵਾਲੀ ਐਨੀ ਸੀ? ਓਏ ਉਹ ਤੇ ਫਿਰ ਅਸਲ ਮੈਂ ਨਾ ਜ਼ਿਆਦਾ ਪਸੰਦ ਉਹਨੂੰ ਹੀ ਕਰਦਾ ਸਾਂ। ਐਨੇ ਨੂੰ ਨਹੀਂ ਪ੍ਰਵੀਨ, ਉਹਦੀ ਅੱਖ ਤੇ ਵੇਖ ਮਾਸੀ ਅੱਗੇ ਅੱਡੀ ਸੀ, ਏਡੀ ਤੇ ਮੱਝ ਦੀ ਹੁੰਦੀ ਸੀ। ਮਾਸੀ ਤੂੰ ਵੇਖ ਪਿੰਡ ਦੀਆਂ ਗੱਲਾਂ ਨਾਲ ਮੇਰੇ ਨਾਲ ਖੜਕਾਇਆ ਕਰ, ਮੋਟੀ ਮੋਟੀ ਅੱਖ ਸੀ ਨਾ ਉਹਦੀ, ਨੈਣ ਨਕਸ਼ ਉਹਦੇ ਤਿੱਖੇ ਵੇਹ ਦੇ ਰੰਗ ਸੀ ਉਹਦਾ ਸਾਂਵਲਾ, ਸਾਂਵਲਾ ਰੰਗ ਤੇ ਤੈਨੂੰ ਪਤਾ ਹੁਣ ਜੀ ਹੈ, ਛੁਰੇ ਚਲਾਉਂਦਾ ਦਿਲ ਤੇ, ਤੀਹ ਚਲਾਉਂਦਾ ਦਿਲ ਤੇ। ਐਨੀ ਤਾਂ ਪਹਿਲਾਂ ਐਨੀ ਮੇਰੇ ਨਾਲ ਮੁਹੱਬਤ ਕਰਦੀ ਸੀ, ਬੜੇ ਰੁਕੇ ਮੇਰੇ ਕੋਲ ਪਏ ਦੇ ਨਹੀਂ, ਛੱਡ ਗੱਲਾਂ ਨਾਲੇ ਵੀ ਪਏ ਹੋਣੇ ਨੇ, ਕਿੱਥੇ ਪਏ ਨੇ ਕਿੱਥੇ? ਉਹ ਬਸ ਛੱਡ ਦੇਣਾ ਮੈਂ ਨਹੀਂ, ਕਿੱਥੇ ਪਏ ਹੋ ਦੱਸ ਤੇ ਤੈਨੂੰ, ਮੇਰੀ ਬੀਵੀ ਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਮੇਰਾ ਸਿਆਪਾ ਪਾ ਦੇਣਾ ਜਾ। ਉਹ ਨਹੀਂ ਪਤਾ ਲੱਗਦਾ ਇਹ ਗੱਲ ਤੇਰੇ ਮੇਰੇ ਚ ਰਹੇਗੀ, ਪਰੇਸ਼ਾਨ ਨਾ ਹੋ ਤੇ। ਗਈ ਕਿੱਥੇ ਆ ਪਹਿਲਾਂ ਮੈਨੂੰ ਐ, ਮੈਂ ਲੱਭ ਤੇ ਆਇਆ, ਮੈਨੂੰ ਪਤਾ ਹੁਣ ਗਈ ਕਰ ਲਾ ਉਹਨੂੰ, ਫੋਨ ਕਰ ਲਾ, ਫੋਨ ਕਰ, ਮੈਨੂੰ ਫੋਟੋ ਤੇ ਖਾਬ ਨੀ ਬੁੱਢੀ ਦੀ, ਕਿੱਥੇ ਤੇਰੇ ਉਹਨੂੰ ਛੱਡ ਦੇ। ਘਰ ਬੂਆ ਖੁੱਲਾ ਸੀ ਮਾਸੀ ਜਦੋਂ ਆਈ ਏ, ਹਾਏ ਵੀ ਇੱਥੇ ਹੀ ਸੀ। ਹਾਂ ਮੈਨੂੰ ਉਹਦੀ ਸ਼ਕਲ ਭੁੱਲ ਗਈ। ਲੈ ਐਡੀ ਤੈਨੂੰ ਕਮਜ਼ੋਰੀਆਂ ਚੜੀਆਂ, ਤੈਨੂੰ ਪ੍ਰਵੀਨ ਤੇ ਐਨੀ ਯਾਦ ਆ ਤੇ ਇਹ ਭੁੱਲ ਗਈ ਜਿਹੜੀ ਹੁਣੇ ਤੈਨੂੰ ਮਿਲੀ ਹੈ ਪਹਿਲੇ। ਅੱਛਾ ਚੱਲ ਆਪਣੇ ਨੰਬਰ ਉਹ ਛੱਡ ਦੇ, ਬਾਕੀ ਸਕੂਨ ਆ ਘਰ 'ਚ ਰਹਿਣ ਦੇ ਉਹਨੂੰ ਬਾਹਰ ਹੀ। ਅੱਛਾ ਗੱਲਾਂ ਹੋ ਰਹੀਆਂ, ਤੂੰ ਤਾਂ ਮੈਨੂੰ ਅੱਜ ਕਿੱਥੇ ਲੈ ਗਈ 15-20 ਸਾਲ ਪਿੱਛੇ, ਸਿੱਧੀ ਹੋ ਜਾ ਮਾਸੀ। ਸਿੱਧੀ ਕੀ ਮਤਲਬ? ਤੇਰੇ ਨਾਲ ਗੱਲਾਂ ਕਰਨੀਆਂ ਦਿਲ ਦੀਆਂ, ਹੋਰ ਕੀ, ਤੇਰੇ ਨਾਲ ਦਿਲ ਦੀਆਂ ਗੱਲਾਂ ਕਰ ਰਿਹਾ ਮੈਂ ਹੌਲੀ ਹੌਲੀ ਨਾ। ਅੱਛਾ ਤੇ ਉਹ ਜਿਹੜੀ ਉਹ ਚੂੜੀਆਂ ਵਾਲੀ ਸ਼ਬਨਮ ਸੀ, ਹਾਏ ਉਹ ਤਾਂ ਸਾਰਾ ਰਾਂਝੇ ਸੀ, ਉਹ ਕਦੀ ਉਸ ਪਿੰਡ ਕਦੀ ਉਸ ਪਿੰਡ ਨੂੰ ਤੇ ਮੁੰਡੇ ਖੁੰਡੇ ਇਕੱਠੇ ਹੋ ਗਏ, ਤੇਰਾ ਸ਼ੂਗਰ ਮੇਲਾ ਗੱਪਾ ਛੱਪਾ ਛੇੜ ਝੂੜ ਲਈਦਾ ਸੀ, ਪਿਆਰ ਮੈਨੂੰ ਉਹਦੇ ਨਾਲ ਸੀ, ਮੇਰਾ ਦੇਖ ਦਿਆਂ ਹੀ ਸੀਗਾ ਕਿ ਨਾ ਕੀ ਹੋਇਆ ਕੱਕ। ਮੈਂ ਨਹੀਂ ਹਨੀ ਨੂੰ ਵੇਖਣ ਡਿਆ, ਮੂੰਹ ਜੋ ਐਨੀ ਨਿਕਲ ਗਿਆ ਉਹਦੇ ਹੁੰਦਿਆਂ ਨਿਕਲ ਗਿਆ ਤੇ ਬੇੜਾ ਗਰਕ ਹੋ ਜਾਣਾ। ਇਸ ਗੱਲ ਦਾ ਖਿਆਲ ਰੱਖ, ਮੈਂ ਤੂੰ ਖਿਆਲ ਰੱਖ, ਤੂੰ ਨਾ ਬੋਲੀ ਤੇ ਗੱਲ ਹੋਇਆ ਕਿ ਉਹਨਾਂ ਨੂੰ ਮੈਂ ਕਹਿੰਦਾ ਹਾਂ ਵਿਆਹ ਹੋ ਜਾਏ, ਲੇਕਿਨ ਹੋਇਆ ਹੀ ਨਹੀਂ। ਸਬਨਮ ਪ੍ਰਵੀਨ ਨਾਲ ਚੰਦਰ ਪਹਿਲੇ ਪੁੱਛੋ ਵੇਲੀ ਵਾਲੀ ਉਹਦੇ ਨਾਲ ਫੋਨ ਨੰਬਰ ਦੇ ਮਾਸੀ ਛੱਡ ਗੱਲਾਂ ਦੇ ਤੂੰ, ਇਹ ਤਾਂ ਸ਼ਹਿਰ ਆਇਆ ਤੇ ਇਹਦੇ ਨਾਲ ਅੱਖਾਂ ਚਾਰ ਹੋਈਆਂ ਨੇ, ਇਹਦਾ ਨਾਮ ਮੁਰਾਦ ਨੇ ਮੈਨੂੰ ਕਿਤੇ ਹਿੱਲਣ ਹੀ ਨਹੀਂ ਦਿੱਤਾ, ਨਾ ਘਰ ਜਾਣ ਦਿੰਦੀ, ਨਾ ਕੁਛ, ਨਾ ਲੈਣੀ ਨਾ ਦੇਣੀ, ਇਹ ਇੱਥੇ ਹੀ ਬਸ ਕੋਤਖਾਨਾ ਪਿਆ ਜੇ ਤੇ ਪਿਆ ਜੇ, ਪਰਦਾ ਕੀ ਹੁੰਦਾ। ਮੈਂ ਤਾਂ ਕਹਿੰਦਾ ਕਿ ਬਸ ਛੱਡ ਦੇ, ਸੋਹਣੀ ਨਹੀਂ? ਨਹੀਂ ਨਹੀਂ ਸੋਹਣੀ ਹੈ, ਸੋਹਣੀ ਹੈ ਤੇ ਪੁੱਤੀ ਹੋਇਆ ਉਹਦੇ ਪਿੱਛੇ ਮੈਂ, ਬਸ ਕੀ ਉਹਨੂੰ ਕਹਿੰਦੇ ਨੇ ਚੜੀਲ ਟੈਪ, ਮੈਂ ਤਾਂ ਉਹਦਾ ਨੰਬਰ ਵੀ ਡੈਣ ਦੇ ਨਾਂ ਤੋਂ ਫੀਲਡ ਕੀਤਾ ਹੀ। ਮਾਸੀ ਤੇਰੇ ਹੱਥ ਦੀ ਹਰਾਰਤ ਤੋਂ ਨਹੀਂ ਲੱਗਦਾ ਪਿਆ ਕਿ ਤੂੰ ਉਹ 70-72 ਸਾਲ ਦੀ ਆ, ਤੇਰੇ ਹੱਥ ਦੀ ਹਰਾਰਤ ਜਿਹੜੀ ਨਾ ਇਹ 30-32 ਸਾਲ ਦੀ ਹੈ, 12 ਮਤਲਬ ਪਿੰਡਾਂ ਦੀਆਂ ਖੁਰਾਕਾਂ ਖਾਧੀਆਂ ਪੀਤੀਆਂ ਮਾਸੀ ਨੇ। ਅਤੇ ਬਸ ਮਾਸੀ ਛੱਡ ਗੱਲਾਂ ਦੇ, ਤੂੰ ਹੁਣ ਆਈ ਹੈ ਨਾ, ਹੁਣ ਤੂੰ ਇੱਥੇ ਹੀ ਰਹਿਣਾ ਵਾ, ਕੁਛ 4 ਦਿਹਾੜੇ ਰਹਿ ਜਾਏਗੀ ਤੇਰੇ ਨਾਲ ਗੱਲਾਂ ਛੱਲਾਂ ਹੁੰਦੀਆਂ। ਨਾ ਕਾਕਾ ਮੈਂ ਨਹੀਂ ਬਹੁਤੇ ਦਿਨ ਰਹਿਣਾ, ਮੇਰਾ ਬੰਦਾ ਸ਼ੱਕ ਕਰ ਮੈਂ ਹੁਣ ਇਸ ਉਮਰੇ ਮਾਸੀ ਕੀ ਸ਼ੱਕ ਕਰਨਾ ਕਾਕਾ, ਫਿਰ ਤੈਨੂੰ ਪਤਾ ਹੀ ਹੈ ਨਾ ਫਿਰ। ਉਹ ਨਹੀਂ ਛੱਡ ਦੇ ਸ਼ੱਕ, ਕਿਉਂਕਿ ਮੇਰੇ ਤੇ ਉਹਨੇ ਕੀ ਸ਼ੱਕ ਕਰਨਾ। ਅੱਛਾ ਤੇ ਉਹ ਜਦੋਂ ਤੂੰ ਪਿੰਡੋਂ ਫੜਿਆ ਗਿਆ ਸੀ, ਉਹਨਾਂ ਨੇ ਤੈਨੂੰ ਬੜਾ ਜੁੱਤੀਆਂ ਮਾਰੀਆਂ ਸੀ, ਉਹ ਕੀ ਰੋਲ ਬਣਿਆ? ਐਨੀਆਂ ਲੋਕ ਬੜਿਆ ਗਿਆ ਨੂੰ। ਅੱਛਾ ਇਹ ਗੱਲ ਨੂੰ ਹੁਣ ਹੌਲੀ ਕਰੀ, ਉਹਦੇ ਨਾਲ ਨਾ ਕਰੀ, ਰਾਤ ਨੂੰ ਅਸੀਂ ਟੁਰ ਗਏ, ਐਨੀ ਨੇ ਮੈਨੂੰ ਕਿਹਾ ਤੂੰ ਆਉਣਾ ਵਾ, ਮੈਂ ਕਿਹਾ ਓਕੇ ਕਰ ਲੈ, ਮਰੂੰਡਾ ਕਹਿੰਦੀ ਮਰੂੰਡਾ ਲੈ ਕੇ ਆਈ, ਮੈਂ ਮਰੂੰਡਾ ਲੈ ਕੇ ਗਈ ਹਾਂ। ਅੱਛਾ ਉਹ ਬਸ ਤੈਨੂੰ ਕੀ ਦੱਸਾਂ, ਮੈਂ ਐਂ ਕੰਧ ਚੜ ਕੇ ਕੰਧ ਟੱਪੇ ਆ ਤਾਂ ਕੁੱਤਾ ਸੀ ਥੱਲੇ, ਉਹਦੀ ਪੂਛਲ 'ਤੇ ਮੇਰਾ ਪੈਰ ਆਇਆ, ਉਹਨੇ ਚੈ ਚੈ ਕੀਤੀ, ਉਹਦੇ ਭਰਾਵਾਂ ਨੇ ਫੜ ਲਿਆ, ਫਿਰ ਉਹਨਾਂ ਨੇ ਫਿਰ ਉਹ ਪੋਲਾ ਛਿੱਟਾ ਕੀਤਾ, ਮੈਂ ਤਾਂ ਉੱਥੋਂ ਨਿਕਲ ਆਇਆ, ਆ ਕੇ ਤਾਂ ਮੈਂ 2 ਦਿਨ ਪਿੰਡ ਹੀ ਨਹੀਂ ਉੜਿਆ, ਮੈਂ ਕਿਹਾ ਮੈਂ ਤਾਂ ਗਿਆ ਸ਼ਹਿਰ, ਉਦੋਂ ਤਾਂ ਸ਼ਹਿਰ ਨੂੰ ਇੱਥੇ ਆ ਗਏ ਆਪਾਂ, ਬਸ ਉਹੀ ਹਿਸਾਬ ਕਿਤਾਬ ਲੱਗਾ ਵਾ। ਨਹੀਂ ਮੈਂ ਤਾਂ ਸੁਣਿਆ ਸੀ ਉਹਨਾਂ ਨੇ ਤੇਰਾ ਮੂੰਹ ਕਾਲਾ ਕਰਕੇ ਤੈਨੂੰ ਖੋਤੇ 'ਤੇ ਬਿਠਾਇਆ ਸੀ। ਲੈ ਉਹ ਖੋਤਾ ਸੀਗਾ, ਐਨੀ ਨਹੀਂ ਖੋਤੀ ਸੀ, ਮੇਰੇ ਪੈਰ ਥੱਲੇ ਲੱਗਦੇ ਸੀ, ਉਹ ਖੋਤਾ ਸੀਗਾ, ਨਾਲੇ ਰਾਤ ਦਾ ਟਾਈਮ ਸੀ, ਉੱਥੇ ਕੀ ਪਤਾ ਲੱਗਦਾ, ਚੱਲ ਇਹਨਾਂ ਗੱਲਾਂ ਨੂੰ ਦਫਾ ਬਣਾ ਤੂੰ, ਮੈਂ ਤੇਰੇ ਸੇ ਚਾਹ ਬਣਾਵਾਂ। ਅੱਛਾ ਉਹ ਜਿਹੜੇ ਆਪਣਾ ਸ਼ਗੁਫਤਾ ਦਾ ਨੰਬਰ ਹੈ ਕੋਈ? ਸ਼ਗੁਫਤਾ ਕਿਹੜੀ ਵਾਲਾ? ਜਿਹੜੀ ਸਕੂਲ 'ਚ ਪੜ੍ਹਦੀ ਸੀ 8ਵੀਂ ਕਲਾਸ ਵਾਲੀ, ਉਹ ਵਟਸਐਪ 'ਤੇ ਉਹਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਚੱਲਦੀ, ਹਾਲੇ ਵੀ ਚੱਲਦੀ ਗਰੁੱਪ ਗਾ। ਅੱਛਾ ਉਹਦੇ ਨੂੰ ਵੀ ਤੈਨੂੰ ਦੱਸੇ? ਉਹਨੂੰ ਮੈਂ ਉਹਦੇ ਕੋਲ ਤਾਂ ਮੈਂ ਆਪਣੇ ਤਨਖਾਹ 'ਚ ਪਾ ਕੇ ਰਹਿੰਦਾ, ਮੈਂ ਆਪਣੇ
ਕੱਪੜੇ ਚ ਪਾ ਕੇ ਰੱਖ ਇੰਨਾ ਸਿਆਣਾ ਤਨਖਾਹ ਵੀ ਨਹੀਂ ਉਹਨੂੰ ਸਹੀ ਦੱਸੀ ਤੂੰ ਕਿੰਨੀ ਤਨਖਾਹ ਹੋ ਗਈ ਤੇਰੀ ਵੈਸੇ ਸਾਡਾ ਗੱਲਾਂ ਨੀ ਪੁੱਛਣ ਚੱਲ ਮੈਨੂੰ ਤਾਂ ਦੱਸ ਦੇ ਕਾਕਾ ਡੇਢ ਲੱਖ ਤਿੰਨੇ ਤਾਂ ਲੱਖ ਰੁਪਈਆ ਮੈਂ ਦੱਸਿਆ 70,000 70,000 ਰੁਪਈਆ ਯਾਨੀ ਤੂੰ 80,000 ਉਹਦੇ ਕੋਲ ਲਗਾਇਆ ਨਹੀਂ ਲਗਾਇਆ ਨੀ ਮਾਸੀ ਵਿੱਚੋਂ 30,000 ਮੈਨੂੰ ਭੇਜ ਦੀਦਾ 20,000 ਅੱਬੂ ਨੂੰ ਭੇਜ ਦੀਦਾ ਬਾਕੀ ਆਪਣੇ ਹਿਸਾਬ ਕਿਤਾਬ ਵਿੱਚ ਰੱਖ ਲਈਦਾ ਇਹ ਬੜੀਆਂ ਚਵਲ ਹੈ ਜਾਣ ਕਹਿੰਦੀਆਂ ਆਪਣੇ ਮਾਂ ਪਿਓ ਨੂੰ ਦਿਓ ਹੀ ਨਾ ਸਾਡੇ ਪਿਛਲੇ ਪਰਦੇ ਹੋ ਸਾਡੇ ਪਿਛਲਿਆਂ ਨੂੰ ਦਿਓ ਖਾਣ ਨੂੰ ਬੜੀ ਨਾਮ ਰਾਤ ਆ ਮੈਂ ਤੈਨੂੰ ਮੈਂ ਤੇ ਇੱਥੇ ਤਾਂ ਉਹਦੇ ਤੋਂ ਮੇਰੇ ਸਾਹਮਣੇ ਹੋ ਗਿਆ ਨਾ ਤਾਂ ਮਾਂ ਲੜਿਨਵੇਂ ਮਾਰਾਂ ਭੁੱਲ ਜਾਵਾਂ ਫਿਰ ਵਾਪਸ ਇੱਕ ਤੋਂ ਸ਼ੁਰੂ ਕਰਾਂ ਮਾਂ ਉਹਦੇ ਤੋਂ ਲੈ ਫਿਰ ਤੇਰੇ ਹੱਥ ਕੋਈ ਖਾਣ ਨੂੰ ਲਿਆਵਾਂ ਕਾਕਾ ਚਾਹ ਪੀ ਨਹੀਂ ਤੂੰ ਚਾਹ ਨੂੰ ਛੱਡ ਤੂੰ ਐਂ ਬਣਾ ਕੇ ਪ੍ਰਵੀਨ ਨੇ ਕਿਤੇ ਸ਼ਹਿਰ ਦਾ ਪ੍ਰੋਗਰਾਮ ਨਾ ਉਹਨੂੰ ਲਿਆ ਕਰ ਮੁਲਾਕਾਤ ਮਾਈ ਤੇਰੀ ਹਰਾਰਤ ਜਿਹੜੀ ਹੈ ਨਾ ਉਹ ਬੜੀ ਚੰਗੀ ਆ ਨਹੀਂ ਤੇ ਮੁਲਾਕਾਤ ਕਰਾ ਦੇ ਪ੍ਰਵੀਨ ਐਨ ਨੂੰ ਕੀ ਕਹਿਣਾ ਐਨੀ ਨੂੰ ਛੱਡ ਦੇ ਤੂੰ ਬਸ ਖਾਨੀ ਇਹਨੂੰ ਨਾ ਪਤਾ ਲੱਗੇ ਮੇਰੀ ਸੁਣਾਤੀ ਇਹਦੇ ਤੋਂ ਛੱਡ ਦੇ ਤੂੰ ਬਸ ਮੈਂ ਕੇ ਅੱਛਾ ਅੱਛਾ ਹਾਂ ਨਹੀਂ ਇਹਨੂੰ ਨਹੀਂ ਪਤਾ ਲੱਗਦਾ ਚੱਲ ਚੱਲ ਆ ਤੂੰ ਫਿਰ ਬਹਿ ਮੈਂ ਤੇਰੇ ਵਾਸਤੇ ਕੋਈ ਖਾਣ ਨੂੰ ਲਿਆਵਾਂ ਛੁਆਰਵਾਂ ਜਾਂ ਬਰਗਰ ਕੋਈ ਚੀਜ਼ ਪੀ ਨਾ ਕਾਕਾ ਮੇਰੇ ਤੇ ਦੰਦ ਦੁਖਦੇ ਇੱਦਾਂ ਦੀਆਂ ਚੀਜ਼ਾਂ ਮੇਰੇ ਕੋਲ ਖਾਧੀਆਂ ਨਹੀਂ ਜਾਂਦੀ ਚੱਲ ਠੀਕ ਲੈ ਸੀ ਮੈਂ ਉਹ ਆਵਾਂ ਕਿੱਥੇ ਚੱਲਣ ਉਹ ਫਲ ਫੁੱਲ ਲਿਆਵਾਂ ਤੇਰੇ ਵਾਸਤੇ ਨਹੀਂ ਹੁੰਦਾ ਹੁਣ ਮੈਂ ਉਨੀ ਤਾਂ ਹਨੀ ਵੀ ਆ ਜਾਏਗੀ ਉਹਨੂੰ ਪਤਾ ਲੱਗੇਗਾ ਮੈਂ ਆਏ ਨਹੀਂ ਆ ਨਹੀਂ ਉਹ ਨਹੀਂ ਕਾਕਾ ਉਹਨੂੰ ਨਹੀਂ ਪਤਾ ਲੱਗਦਾ ਉਹਦੇ ਤੋਂ ਬੇਫਿਕਰ ਹੋ ਜਾ ਤੂੰ ਮੈਨੂੰ ਇਹ ਦੱਸ ਹਾਂ ਕਿ ਉਹ ਜਿਹੜੀ ਨਸਰੀਨ ਸੀ ਉਹ ਦਫਾ ਕਰ ਹੁਣ ਇਹਨਾਂ ਦਾ ਕਿੱਥੇ ਪੁੱਛੀ ਜਾਣ ਦੇ ਕਿਉਂ ਮੈਂ ਤੂੰ ਜੜ ਤੇ ਮਾਸੀ ਹੁਣ ਇਸ ਗੱਲ ਹੁਣ ਉਹ ਆ ਜਾਣੀ ਆ ਤੁਸੀਂ ਪ੍ਰਵੀਨ ਠੀਕ ਹੈ ਉਹ ਪ੍ਰਵੀਨ ਓਕੇ ਆ ਮਾਸੀ ਉਹਦੇ ਨਾਲ ਮੈਨੂੰ ਬਚਪਨ ਤੋਂ ਪਤਾ ਮੈਂ ਤੈਨੂੰ ਛੱਡ ਦੇ ਤੂੰ ਮਾਸੀ ਐਡੀ ਗੱਲ ਵੀ ਕੋਈ ਨਹੀਂ ਹੈਗੀ ਇਹ ਹਨੀ ਆਈ ਨਾ ਇਹਨੂੰ ਨਾ ਬਸ ਤੂੰ ਦੱਸੀ ਜੇ ਇਹਨੇ ਕੋਈ ਬਦਤਮੀਜ਼ੀ ਅੱਜ ਕੀਤੀ ਨਾ ਤੇਰੇ ਹੁੰਦਿਆਂ ਮੈਂ ਤੇ ਇਹਦੀਆਂ ਲੱਤਾਂ ਤੋੜ ਦੇਣੀਆਂ ਜਿਹੜਾ ਫਰਕ ਤੇਰਾ ਪੱਖ ਨਾ ਰਵੇ ਮਰਨੇ ਆ ਇਹ ਮੈਂ ਤੈਨੂੰ ਚੜੇਲ ਨਾ ਦੇਣੀ ਆ ਮੈਂ ਤੈਨੂੰ ਬੁਰੀ ਨਾ ਦੇਣੀ ਆ ਐਸੀਆਂ ਐਸੀਆਂ ਕੁੜੀਆਂ ਨਾ ਤੇਰਾ ਤਨਕ ਤੇਰਾ ਖਾਨਾ ਖਰਾਬ ਹੋ ਜਾਵੇ ਤੂੰ ਮਰੇ ਕੋ ਤੈਨੂੰ ਆ ਜਾਵੇ ਕਿਸੇ ਦੀ ਹੋਇਆ ਕੀ ਆ ਕੱਖ ਨਾ ਰਵੇ ਤੈਨੂੰ ਐ ਜੀ ਕਿਹੜਾ ਖਾਨਾ ਖਰਾਬ ਹੋਵੇ ਮੈਂ ਤੇ ਚੈੱਕ ਕਰ ਨਹੀਂ ਸਾ ਅੱਜ ਤੱਕ ਤੂੰ ਮੈਨੂੰ ਆਪਣੇ ਪੀਰਾਂ ਦਾ ਨਹੀਂ ਦੱਸਿਆ ਅੱਜ ਤੱਕ ਅੱਜ ਮੈਂ ਨਹੀਂ ਮੇਰੇ ਤੋਂ ਕਿਹੜੀ ਗੱਲ ਲੁਕੀ ਹੈ ਮੈਂ ਕਿ ਅੱਜ ਮੈਂ ਵੀ ਪਤਾ ਕਰਕੇ ਹੀ ਰਹਿਣਾ ਤੇ ਮੈਨੂੰ ਵੀ ਪਤਾ ਸੀ ਮੈਨੂੰ ਵੀ ਪਤਾ ਸੀ ਤੂੰ ਐ ਡਰਨ ਨਹੀਂ ਮੈਂ ਵੀ ਜਾਣ ਬੁੱਝ ਕੇ ਸਾਰੀਆਂ ਦੇ ਨਾਂ ਦੇ ਨੇ ਮੈਂ ਤੈਨੂੰ ਆਪ ਤਾਂ ਲੱਗਦਾ ਨਾ ਤੇਰਾ ਮੋਬਾਈਲ ਦੇਖਿਆ ਤੇਰਾ ਵਟਸਐਪ ਦੇਖਿਆ ਨਾ ਰਹਿਣੇ ਉਹ ਕਰਨੇ ਨਾ 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 ਤੂੰ ਆਵਾਜ਼ ਨਾ ਕੀਤਾ ਤੂੰ ਨਹੀਂ ਮੰਨੀ ਕਿਤੇ ਪਹਿਲਾਂ ਨਹੀਂ ਚੜਿਆ ਮਾਂ ਤੈਨੂੰ